कर देने जो भी मंगा मैनु सरकार अता कर देने हार इज्जता दा सदा ओ नाद जल विचरणा हार इज्जता दा सदा ओ नाद जल विचरणा ਉਹਨਾਂ ਖੁਸ਼ਬਖਤਾਂ ਦਾ ਨਾਮ ਮਰ ਕੇ ਵੀ ਜ਼ਿੰਦਾ ਰਹਿਣਾ ਜਿਹੜੇ ਆਕਾ ਦੀ ਸਨਾ ਕਰਦੇ ਨੇ ਜੋ ਵੀ ਮੰਗਾ ਮੈਨੂੰ ਸਰਕਾਰ ਅਤਾ ਕਰਦੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਦੋਸਤੋ ਬਜ਼ੁਰਗੋ ਨਾਜ਼ਰੀਨ ਤੁਹਾਡੇ ਸਾਹਮਣੇ ਅਗਲੀ ਵੀਡੀਓ ਦੇ ਨਾਲ ਹਾਜ਼ਰ ਹਾਂ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ ਵੈਸੇ ਜ਼ਿਆਦਾ ਮੁਸ਼ਕਲ ਕੋਈ ਨਹੀਂ ਹੈਗੀ ਲੇਕਿਨ ਇਸ 'ਤੇ ਥੋੜ੍ਹੀ ਜਿਹੀ ਮਿਹਨਤ ਕਰਨੀ ਹੈ ਔਰ ਮਿਹਨਤ ਕਰਕੇ ਅਤੇ ਇਹਨੂੰ ਬਣਾਓਗੇ ਅਤੇ ਇਨਸ਼ਾਅੱਲਾ ਇਹਦਾ ਬਹੁਤ ਹੀ ਅੱਛਾ ਅਤੇ ਬਹੁਤ ਹੀ ਜ਼ਬਰਦਸਤ ਅਤੇ ਬਹੁਤ ਵਧੀਆ ਫਾਇਦਾ ਹੁੰਦਾ ਹੈ ਹਾਲਾਂਕਿ ਬਿਲਕੁਲ ਸਿੰਪਲ ਹੈ ਬੰਦਾ ਆਰਾਮ ਨਾਲ ਘਰ ਵਿੱਚ ਬਆਸਾਨੀ ਜਿਹੜਾ ਨਾ ਉਹ ਬਣਾ ਸਕਦਾ ਹਰ ਦੋਸਤ ਬਣਾ ਸਕਦਾ ਔਰ ਇਹ ਜਿਹੜਾ ਨੁਸਖਾ ਹੈ ਇਹ ਜਨਾਬ ਹਾਫਜ਼ੇ ਵਾਸਤੇ ਜਿਹੜੇ ਬੱਚੇ ਕੁਰਾਨੇ ਪਾ ਕੇ ਹਿਫਜ਼ ਕਰਦੇ ਨੇ ਜਿਹੜੇ ਬੱਚੇ ਸਕੂਲ ਦਾ ਪੜ੍ਹਦੇ ਨੇ ਜਿਹੜੇ ਬੱਚੇ ਵੱਡੀਆਂ ਕਲਾਸਾਂ 'ਚ ਚਲੇ ਜਾਂਦੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਮੁਸ਼ਕਤ ਹੁੰਦੀ ਹੈ ਬਹੁਤ ਜ਼ਿਆਦਾ ਪੜ੍ਹਨਾ ਪੈਂਦਾ ਹੈ ਜਿਹਦੇ ਨਾਲ ਜਿਹੜਾ ਨਜ਼ਰ ਦੀ ਕਮਜ਼ੋਰੀ ਹੋ ਜਾਂਦੀ ਹੈ ਔਰ ਇਸ ਤੋਂ ਇਲਾਵਾ ਉਹਦੀ ਦਿਮਾਗ ਦਰਦ ਕਰਦਾ ਹੈ ਸਿਰ ਦਰਦ ਕਰਦਾ ਔਰ ਇਹਦੇ ਤੋਂ ਇਲਾਵਾ ਅੱਖਾਂ ਦੀ ਥੱਕਣ ਹੁੰਦੀ ਹੈ ਦਿਮਾਗੀ ਜਿਹੜਾ ਗਰਦਨ ਦੇ ਪੱਠੇ ਦਰਦ ਕਰਦੇ ਨੇ ਯਾਨੀ ਕਿ ਇਹਨਾਂ ਚੀਜ਼ਾਂ ਦੇ ਵਾਸਤੇ ਇਹ ਬਹੁਤ ਹੀ ਅੱਛਾ ਅਤੇ ਬਹੁਤ ਹੀ ਆਲਾ ਅਤੇ ਬਹੁਤ ਜ਼ਬਰਦਸਤ ਨੁਸਖਾ ਹੈ ਫਿਰ ਇਹਦਾ ਕਿਸੇ ਕਿਸਮ ਦਾ ਕੋਈ ਸਾਈਡ ਇਫੈਕਟ ਨਹੀਂ ਇਹ ਜਦੋਂ ਮਰਜ਼ੀ ਜਿਸ ਟਾਈਮ ਮਰਜ਼ੀ ਖਾਇਆ ਜਾ ਸਕਦਾ ਲੇਕਿਨ ਖਾਣ ਦਾ ਤਰੀਕਾ ਔਰ ਬਣਾਉਣ ਦਾ ਤਰੀਕਾ ਪਹਿਲੇ ਤੁਹਾਡੇ ਸਾਹਮਣੇ ਸਾਰਾ ਬਣਾਉਣ ਦਾ ਤਰੀਕਾ ਦੱਸਦੇ ਹਾਂ ਫਿਰ ਖਾਣ ਦਾ ਤਰੀਕਾ ਵੀ ਇਨਸ਼ਾਅੱਲਾ ਦੱਸਾਂਗੇ ਕਿ ਇਹਨੂੰ ਕਿਸ ਤਰ੍ਹਾਂ ਖਾਣਾ ਹੈ ਸਭ ਤੋਂ ਪਹਿਲੇ ਬਿਸਮਿਲਾ ਕਰਕੇ ਤਾਂ ਇਹਨੂੰ ਜਿਹੜਾ ਨਾ ਉਹ ਚੀਜ਼ਾਂ ਦਾ ਤੁਹਾਨੂੰ ਮੈਂ ਦੱਸਣਾ ਚੀਜ਼ਾਂ ਦੱਸਣ ਦੇ ਮਥਾਜੀ ਤਾਂ ਇਹਨਾਂ ਦੇ ਵਿੱਚ ਕੋਈ ਨਹੀਂ ਗੀ ਸਾਰੀਆਂ ਬਿਲਕੁਲ ਆਸਾਨ ਨੇ ਮਗਜ਼ ਬਾਦਾਮ ਨੇ ਇਹ ਅੱਛੇ ਵਾਲੇ ਮਗਜ਼ ਬਾਦਾਮ ਲੈਣੇ ਨੇ ਇਹ ਇੱਕ ਪਾਓ ਇੱਕ ਪਾਈਆ 250 ਗ੍ਰਾਮ ਔਰ ਇਹਦੇ ਤੋਂ ਇਲਾਵਾ ਇਹ ਛੋਟੀ ਇਲਾਚੀ ਇਲਾਚੀ ਖੁਰਦ 1 ਤੋਲਾ ਔਰ ਇਹਦਾ ਕੀ ਕਰਨਾ ਕਿ ਇਹਦੇ ਜਿਹੜੇ ਨਾ ਉਹ ਬੀਜ ਵਿੱਚੋਂ ਕੱਢ ਲੈਣੇ ਨੇ ਇਲਾਚੀ ਦਾਣਾ ਅਗਰ ਨਿਕਲਿਆ ਹੋਇਆ ਵੀ ਮਿਲ ਜਾਵੇ ਤਾਂ ਠੀਕ ਹੈ ਇਲਾਚੀ ਦਾਣਾ ਜਿਹੜੇ ਮਗਜ਼ ਬਾਦਾਮ ਨੇ ਉਹ ਤੁਹਾਨੂੰ ਦੱਸ ਦਿੱਤਾ ਹੈ ਉਹ ਤਾਂ ਉਹਨਾਂ ਦਾ ਤਾਂ ਉਸ ਤਰ੍ਹਾਂ ਹੀ ਪਾਊਡਰ ਬਣਾਉਣਾ ਹੈ ਲੇਕਿਨ ਇਹ ਛੋਟੀ ਇਲਾਚੀ ਜਿਹੜੀ ਇਹਦਾ ਦਾਣਾ ਨਿਕਾਲਣਾ ਔਰ ਇਹਦੇ ਤੋਂ ਇਲਾਵਾ ਇਹ ਕੁਜ਼ਾ ਮਿਸਰੀ ਇਹਨੂੰ ਕਲਪਾ ਵੀ ਕਿਹਾ ਜਾਂਦਾ ਹੈ ਕਲਪਾ ਮਿਸਰੀ ਵੀ ਕਿਹਾ ਜਾਂਦਾ ਹੈ ਸ਼ਿੰਗਰੀ ਵੀ ਕਿਹਾ ਜਾਂਦਾ ਹੈ ਔਰ ਇਹਨੂੰ ਨਿਸਰੀ ਵੀ ਕਿਹਾ ਜਾਂਦਾ ਹੈ ਆਮ ਜ਼ਿਆਦਾ ਤਾਰਫ ਦੀ ਮਤਾਜ ਤਾਂ ਨਹੀਂ ਹੈਗੀ ਲੇਕਿਨ ਆਮ ਇਸਤੇਮਾਲ ਹੁੰਦੀ ਹੈ ਔਰ ਇਹਦਾ ਵੀ ਅਲੱਗ ਪਾਊਡਰ ਬਣਾਇਆ ਜਾਏ ਇਹ ਵੀ 250 ਗ੍ਰਾਮ ਹੈ 250 ਗ੍ਰਾਮ ਪਾਈਆ ਔਰ ਇਸ ਤੋਂ ਅੱਗੇ ਜਨਾਬ ਹੈ ਸਭ ਤੋਂ ਜਿਹੜੀ ਮੇਨ ਆਈਟਮ ਹੈ ਸੌਂਫ ਜਿਹਨੂੰ ਕਿ ਬਾਦੀਆਨ ਵੀ ਕਿਹਾ ਜਾਂਦਾ ਹੈ ਔਰ ਇਹ ਸੋਹਣੀ ਲੈਣੀ ਹੈ ਮੋਟੀ ਲੈਣੀ ਹੈ ਔਰ ਸਾਫ਼ ਸੁਥਰੀ ਬਿਲਕੁਲ ਲੈਣੀ ਹੈ ਇਹ ਚੀਜ਼ਾਂ ਤੁਸੀਂ ਦੇਖ ਲਈਆਂ ਜਿਹੜੀਆਂ ਚੀਜ਼ਾਂ ਅਸੀਂ ਸ਼ਾਮਿਲ ਕਰਨੇ ਹਾਂ ਹੁਣ ਅਸੀਂ ਇਹਨੂੰ ਬਣਾਉਣ ਦਾ ਤਰੀਕਾ ਜਿਹੜਾ ਨਾ ਉਹ ਤੁਹਾਨੂੰ ਦੱਸਦੇ ਹਾਂ ਕਿ ਬਲਕਿ ਬਣਾ ਕੇ ਵਹਾਨੇ ਵੀ ਹਾਂ ਬਣਾਉਣੇ ਹਾਂ ਇਹਨੂੰ ਇਹ ਜਿਹੜੀ ਸੌਂਫ ਹੈ ਇਹਨੂੰ ਅਸੀਂ ਹੁਣ ਹਲਕੀ ਅੱਗ 'ਤੇ ਜਿਹੜਾ ਨਾ ਇਹਨੂੰ ਹਲਕਾ ਜਿਹਾ ਫਰਾਈ ਕਰਾਂਗੇ ਮਤਲਬ ਹੈ ਕਿ ਉਹਨੇ ਇਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਪਾਉਣੀ ਇਹਨੂੰ ਖੁਸ਼ਕ ਨੂੰ ਜਿਹੜਾ ਨਾ ਉਹ ਹਲਕਾ ਜਿਹਾ ਇਹਨੂੰ ਗਰਮ ਕਰਨੇ ਆ ਔਰ ਉਸ ਤੋਂ ਬਾਅਦ ਇਹਨੂੰ ਜਿਹੜਾ ਨਾ ਪੋਲੀ ਪੋਲੀ ਜਿਹੜਾ ਨਾ ਇਹਨੂੰ ਕੁੱਟ ਕੇ ਆਸਤਾ ਆਸਤਾ ਔਰ ਫਿਰ ਇਹਨੂੰ ਛੱਟ ਕੇ ਅਤੇ ਇਹਦੇ ਚਾਵਲ ਕੱਢਣੇ ਨੇ ਜਿਹੜਾ ਕਿ ਇਹਦੇ ਅੰਦਰ ਮਗਜ਼ ਹੁੰਦਾ ਨਾ ਸੌਂਫ ਦੇ ਅੰਦਰ ਉਹ ਮਗਜ਼ ਇਹਦਾ ਅਲੈਦਾ ਕਰਨਾ ਨਾ ਛਿਲਕਾ ਅਸੀਂ ਇਹਦਾ ਉਤਾਰ ਕੇ ਅਤੇ ਇਹਨੂੰ ਫਾਰਗ ਕਰ ਦੇਣਾ ਹੁਣ ਬਿਸਮਿਲਾ ਕਰਕੇ ਅਸੀਂ ਇਹਦੇ ਬਰਤਨ ਦੇ ਵਿੱਚ ਪਾ ਕੇ ਅਤੇ ਇਹਨੂੰ ਹਲਕਾ ਜਿਹਾ ਗਰਮ ਕਰਕੇ ਫਰਾਈ ਕਰਨੇ ਆ ਫਿਰ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਮਾਸ਼ਾਅੱਲਾ ਅਸੀਂ ਥੱਲੇ ਚੁੱਲ੍ਹਾ ਚਲਾ ਦਿੱਤਾ ਬਿਸਮਿਲਾਹਿਰਰਹਿਮਾਨਿਰਰਹੀਮ
ਹਲਕੀ ਅੱਗ ਤੇ ਜਾਣਾ ਬਰਾਊਨ ਕਰਨੇ ਆ, ਹਲਕਾ ਜਿਹਾ, ਜ਼ਿਆਦਾ ਬਰਾਊਨ ਨਹੀਂ ਕਰਨਾ, ਬਿਲਕੁਲ ਹਲਕਾ ਜਿਹਾ ਕਰਨਾ। ਥੋੜਾ ਜਿਹਾ ਚੁੱਲ੍ਹਾ ਤੇਜ਼ ਕਰ ਦਿੰਦੇ ਹਾਂ, ਮਾਸ਼ਾਅੱਲਾ ਜ਼ਬਰਦਸਤ ਦੇਖੋ ਬਰਾਊਨ ਹੋ ਗਈ, ਕਿਉਂਕਿ ਇੰਨੀ ਬਹੁਤੀ ਜ਼ਿਆਦਾ ਤਾਂ ਕਰਨੀ ਨਹੀਂ, ਫਿਰ ਉਹ ਸੜੀ ਸੜੀ ਦਾ ਜ਼ਾਇਕਾ ਆਏਗਾ। ਬਹੁਤ ਅੱਛੀ ਹੋ ਗਈ, ਚੁੱਲ੍ਹਾ ਬਿਲਕੁਲ ਹਲਕਾ ਚੱਲ ਰਿਹਾ, ਬਹੁਤ ਆਲਾ ਕਿਸੇ ਹੋ ਗਈ। ਇਹਨੂੰ ਇੰਨਾ ਚੱਟੂ ਦੇ ਵਿੱਚ ਪਾ ਕੇ ਇਹਨੂੰ ਹਲਕਾ ਹਾਂਜੀ ਹਲਕੀ ਹਲਕੀ ਕੜਾਈ ਕਰਨਾ ਬਿਸਮਿਲਲਾ, ਕਿਉਂਕਿ ਇਹਦੇ ਜਿਹੜੇ ਨਾ ਛਿਲਕੇ ਉੱਤਰ ਜਾਣਗੇ। ਬਹੁਤ ਪਿਆਰੀ ਖੁਸ਼ਬੂ ਆ ਰਹੀ ਹੈ, ਯਾਨੀ ਕਿ ਹਲਕਾ ਨੂੰ ਭੁੰਨਣ ਦੇ ਨਾਲ ਬਹੁਤ ਅੱਛੀ ਖੁਸ਼ਬੂ ਆ ਰਹੀ, ਬਹੁਤ ਆਲਾ ਕਿਸਮ ਦੀ, ਬਹੁਤ ਵਧੀਆ ਲੱਗ ਰਹੀ। ਨਾਲੇ ਵੈਸੇ ਵੀ ਕਹਿੰਦੇ ਨੇ ਛਿਲਕੇ ਜਿਹੜੇ ਨਾ ਉਹ ਜਲਦੀ ਉੱਪਰ ਜਾਣਗੇ, ਦੇਖੋ ਪਹਿਲੇ ਨਾ ਕਿੰਨੇ ਛਿਲਕੇ ਉੱਤਰ ਗਏ ਨੇ। ਹੁਣ ਦੁਬਾਰਾ ਸਾਰੇ ਕਲੀਅਰ ਕਰਕੇ ਤੁਹਾਨੂੰ ਦਿਖਾਉਣੇ ਆ ਫਿਰ। ਜੀ ਮਾਸ਼ਾਅੱਲਾ ਦੇਖੋ ਅਸੀਂ ਇਹ ਜਿਹੜੀ ਸੌਂਫ ਹੈਗੀ ਸੀ ਇਹਨੂੰ ਬਿਲਕੁਲ ਇਹਦੇ ਛਿਲਕੇ ਉਤਾਰ ਕੇ ਅਤੇ ਇਹਦਾ ਬਿਹਤਰੀਨ ਪਾਊਡਰ ਬਣ ਗਿਆ, ਦੇਖੋ ਜ਼ਬਰਦਸਤ ਹੋ ਗਿਆ ਅਨਾਜ ਤਾਂ। ਔਰ ਇਹਦੇ ਤੋਂ ਇਲਾਵਾ ਇਹ ਮਗਜ਼ ਬਦਾਮ ਉਹਦਾ ਵੀ ਬਿਹਤਰੀਨ ਪਾਊਡਰ ਹੋ ਗਿਆ, ਔਰ ਇਹ ਮਿਸਰੀ ਵੀ, ਔਰ ਜਿਹੜਾ ਇਲਾਚੀ ਦਾਣਾ ਸੀ ਉਹ ਵੀ ਇਹਦੇ ਵਿੱਚ ਮਿਕਸ ਕਰ ਦਿੱਤਾ, ਔਰ ਹੁਣ ਇਹਨੂੰ ਅਸੀਂ ਅਲੈਦਾ ਮਿਕਸ ਕਰਨੇ ਹਾਂ ਹਲਕਿਆਂ ਨੂੰ। ਛੋਟੇ ਬਰਤਨ 'ਚ ਚੀਜ਼ ਨਹੀਂ, ਇਹ ਵੱਡੇ ਬਰਤਨ 'ਚ ਸਹੀ ਰਹੇਗੀ। ਮਾਸ਼ਾਅੱਲਾ ਖੁਸ਼ਬੂ ਬਹੁਤ ਜ਼ਬਰਦਸਤ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਇਹ ਬੱਚਿਆਂ ਦੇ ਦਿਮਾਗ ਵਾਸਤੇ, ਬੱਚਿਆਂ ਦੇ ਹਾਫਜ਼ੇ ਵਾਸਤੇ, ਜਿਹੜੇ ਬੱਚੇ ਕੁਰਾਨ ਪਾਕ ਹਿਫਜ਼ ਕਰਦੇ ਨੇ, ਜਿਹੜੇ ਬੱਚੇ ਪੜ੍ਹਨ ਵਾਲੇ ਨੇ, ਛੋਟੇ ਬੱਚੇ, ਜਿਸ ਤਰ੍ਹਾਂ ਕਿ ਇਹ ਇੱਕ ਛੋਟਾ ਬੱਚਾ ਸਾਡੇ ਕੋਲ ਖੜ੍ਹਾ ਹੈ ਇਹ ਵਾਲਾ, ਮਾਸ਼ਾਅੱਲਾ ਇਹ ਬੱਚੀ ਵੀ ਬਹੁਤ ਜ਼ਬਰਦਸਤ ਪੜ੍ਹਦੀ ਹੈ। ਅਤੇ ਇਸੇ ਤਰ੍ਹਾਂ ਹੀ ਜਿਹੜਾ ਨਾ ਛੋਟੇ ਬੱਚੇ ਜੋ ਪੜ੍ਹਨ ਵਾਲੇ ਨੇ ਉਹਨਾਂ ਦੇ ਵਾਸਤੇ ਵੀ ਬਹੁਤ ਵਧੀਆ ਹੈ, ਵੀ ਮਿੱਠੀ, ਬੱਚੇ ਮਜ਼ੇ ਨਾਲ ਖਾ ਲੈਣਗੇ। ਤੋ ਉਹ ਜਨਾਬ ਬੱਚਿਆਂ ਨੂੰ ਤੁਸੀਂ ਸੁਬਹੋ ਸ਼ਾਮ ਜਿਸ ਤਰ੍ਹਾਂ ਕਿ ਇਹ ਚਮਚ, ਇੰਨਾ ਚਮਚ ਅਗਰ ਵੱਡਾ ਬੰਦਾ ਦੋ ਚਮਚ ਭਰ ਕੇ ਉਹ ਖਾ ਕੇ ਉਤੋਂ ਕੱਪ ਦੁੱਧ ਦਾ ਇਸਤੇਮਾਲ ਕਰ ਲਵੇ, ਅਗਰ ਛੋਟਾ ਬੱਚਾ ਹੈ ਤਾਂ ਇੱਕ ਚਮਚ ਇਸਤੇਮਾਲ ਕਰ ਲਿਆ ਜਿਸ ਤਰ੍ਹਾਂ ਕਿ ਮੈਂ ਭਰਿਆ, ਇਸ ਤਰ੍ਹਾਂ ਚਮਚ ਹੋਣਾ ਚਾਹੀਦਾ। ਔਰ ਸੁਬਹੋ ਸ਼ਾਮ ਖਾਣਾ ਖਾਣ ਤੋਂ ਤਕਰੀਬਨ ਅੱਧਾ ਘੰਟਾ ਪਹਿਲੇ ਇਸਤੇਮਾਲ ਕਰੇ, ਔਰ ਇਨਸ਼ਾਅੱਲਾ ਇਸ ਦੇ ਨਾਲ ਨਜ਼ਰ ਵੀ ਬਿਹਤਰੀਨ ਠੀਕ ਹੋਏਗੀ, ਯਾਨੀ ਕਿ ਅੱਖਾਂ ਦੀ ਖਰਾਬੀ ਨਹੀਂ ਹੋਏਗੀ, ਔਰ ਇਸ ਤੋਂ ਇਲਾਵਾ ਹਾਫਦਾ ਵੀ ਬਿਹਤਰ ਕਰੇਗੀ, ਔਰ ਮੇਦੇ ਵਾਸਤੇ ਵੀ ਬਿਹਤਰੀਨ ਚੀਜ਼ ਹੈ। ਮੈਂ ਉਮੀਦ ਕਰਨਾ ਕਿ ਮੇਰੇ ਦੋਸਤਾਂ ਨੂੰ ਇਹ ਵੀਡੀਓ ਅੱਛੀ ਲੱਗੀ ਹੋਈ ਹੋਵੇਗੀ, ਇਹਨੂੰ ਤੁਸੀਂ ਲਾਈਕ ਕਰਿਓ, ਸ਼ੇਅਰ ਕਰਿਓ, ਔਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ, ਇਜਾਜ਼ਤ, ਅੱਲਾ ਹਾਫਿਜ਼, ਅਸਲਾਮੁ ਅਲੈਕੁਮ ਰਹਿਮਤੁਲਲਾਹ।